ਬਾਪੂ ਲੋਕ ਝੂਠ ਕਰੋ ਮਾਰਨੇ ਪਹਿਲਾਂ ਇਹ ਦੱਸੋ ਇਹ ਕਹਿ ਕਹਿ ਸਾਰਿਆਂ ਨੂੰ ਬਾਪੂ ਕਿਹੜਾ ਟਰੱਕ ਮਾਰਦਾ ਮਾਰਦਾ ਇਹਦਾ ਬਾਪੂ ਕਿੱਥੇ ਆ ਇਹ ਕੋਈ ਪਤਾ ਇਹਦਾ ਵਿਖੀ ਹੋਈ ਉਹਦੀ ਬਣਾ ਦੀ ਝੋਟੀ ਦਾ ਮੈਂ ਹੀ ਜਗਰੂਪ ਸਿੰਘ ਹੈ ਜਿਹੜੀ ਮੱਝ ਤੁਸੀਂ ਦਿਖਾਈ ਹੈ ਕਿੰਨਵੇਂ ਸੂਈ ਬਾਈ ਇਹ ਦੂਜੇ ਸੂਈ ਹੈ ਜੀ ਦੂਜੇ ਸੂਏ ਕਿੰਨਾ ਦੁੱਧ ਕਰੀ ਜਾਂਦੀ ਹੈ ਇਹਦੇ ਥੱਲੇ 8-9 ਕਿਲੋ ਜੇ ਬੋਲੋ ਹੀ ਹੋਊਗੀ 8-9 ਕਿਲੋ ਬੋਲੀ ਸੂਈ ਕਦੋਂ ਕੱਲ ਦਾ ਅੱਜ ਕੱਲ ਦੀ ਸੂਈ ਹੈ ਜੀ ਅੱਛਾ ਤੇ ਹੁਣ ਕਿੰਨਾ ਮੁੱਲ ਕਿੰਨਾ ਇਹਦਾ ਮੁੱਲ 1,30,000 1,30,000 ਫਾਈਨਲ ਹੈ ਕਿ ਇਹਦੇ 'ਚ ਕੁਛ ਘੱਟ ਜਾਏਗਾ ਕਰ ਦਾਂਗੇ ਨਗਦ ਹੀ ਛੱਡਿਆ ਜਾਏਗਾ ਹਾਂਜੀ ਉਧਾਰ ਵਾਲਿਆਂ 'ਤੇ ਨਹੀਂ ਛੋੜਾਂਗੇ ਨਹੀਂ ਛੱਡਾਂਗੇ ਚਲੋ ਨਗਦ ਵਾਲੇ ਵਾਸਤੇ 1,00,000 'ਚ ਬਣ ਜਾਏਗੀ ਨਹੀਂ 1,10 ਦੀ 1,10 ਦੀ ਚਲੋ ਤੁਹਾਡਾ ਫੋਨ ਨੰਬਰ ਦੱਸੋ 98-51 ਜੀ 98-51 0-84-62 ਇੱਕ ਵਾਰੀ ਹੋਰ ਬੋਲੋ 98-51 ਜੀ ਹਾਂ 0-84-62 ਇਹਦੀ ਬਣਾਉਣੀ ਹੈ ਲੈ ਬਣਾ ਦੀ ਬਣਾ ਇਹ ਵੀ ਇਹਨਾਂ ਨੂੰ ਜੀ ਬਾਹਰ ਦੇ ਖਰਚੇ ਖਰਚੇ ਬਣਾ ਦਿੰਦੇ ਕਿੰਨੇ ਦੀ ਵਿਕੀ ਜੀ ਇਹ 72,000 ਜੀ 72,500 ਰੁਪਏ ਨਗਦ ਵਾਲੀ ਉਧਾਰ ਵਾਲੀ ਨਗਦ ਵਾਲੀ ਹੈ ਜੀ ਇਹ ਨਗਦ ਵਿਕੀ 72,500 ਰੁਪਏ ਦੀ ਹਾਂਜੀ ਹਾਂਜੀ ਪਹਿਲੇ ਸੂਏ ਦੀ ਹੈ ਹਾਂਜੀ ਪਹਿਲੇ ਸੂਏ ਦੀ ਪਹਿਲੇ ਸੂਏ ਵਾਲੀ ਮੱਝ ਵਿਕੀ 72,500 ਰੁਪਏ ਫੱਗੂ ਮੰਡੀ ਤੋਂ ਆਈ ਹੈ ਜੀ ਨਗਦ ਵਿੱਚ ਚਲੋ ਠੀਕ ਆ ਲਓ ਇਹਨੂੰ ਨੂੰ ਦਿੱਤੀ ਹੈ ਜੀ ਇਹ ਭਾਈ ਸਾਹਿਬ ਨੇ ਖਰੀਦੀ ਹੈ ਕੀ ਨਾਂ ਜੀ ਤੁਹਾਡਾ ਸਵਰਨ ਸਿੰਘ ਕਿਹੜੇ ਪਿੰਡ ਤੋਂ ਜੀ ਜੋ ਚੱਜੋ ਪਿੰਡ ਅੱਛਾ ਤੇ ਤੁਸੀਂ ਇਹ ਮੱਝ ਕਿੰਨੇ ਦੀ ਖਰੀਦੀ ਜੀ ਹਾਂਜੀ ਨਹੀਂ 72,500 ਦੀ ਖਰੀਦੀ ਹੈ 72,500 ਰੁਪਏ ਨਗਦ ਹਾਂਜੀ ਹਾਂਜੀ ਨਗਦ ਅੱਛਾ ਰਾਜਸਥਾਨ ਦੀ ਗੱਡੀ ਰਾਜਸਥਾਨ ਤੋਂ ਆਈ ਹੋਈ ਹਾਂਜੀ ਆਓ ਸਾਹਮਣੇ ਆਓ ਭਾਈ ਜੀ ਸਾਹਮਣੇ ਚਲੋ ਆਓ ਜੀ
ਕੀ ਨਾਮ ਭਾਈ ਤੁਹਾਡਾ? ਜੈਬ ਸਿੰਘ ਹੈ ਜੀ। ਕਿਹੜੇ ਪਿੰਡ ਤੋਂ ਜੀ? ਬਿੰਬੜ ਤੋਂ। ਇਹ ਕਿਹੜੇ ਜ਼ਿਲ੍ਹੇ 'ਚ ਹੁੰਦਾ ਜੀ? ਸੰਗਰੂਰ 'ਚ। ਸੰਗਰੂਰ। ਕਿੰਨੀਆਂ ਮੱਝਾਂ ਲਿਆਏ ਜੀ ਅੱਜ? ਅਸੀਂ ਚਾਰ ਲਿਆਏ ਜੀ। ਚਾਰ ਲਿਆਏ? ਹਾਂਜੀ। ਅਤੇ ਇਹ ਜਿਹੜੀ ਹੈ ਵੱਡੀ ਮੱਝ ਦਿਖ ਰਹੀ ਹੈ, ਕਿੰਨਾ ਦੁੱਧ ਦਿੰਦੀ ਹੈ ਬਾਈ? ਇਹ ਦਿੰਦੀ ਹੈ ਜੀ 13 ਕਿਲੋ। 13 ਕਿਲੋ। ਇਹਦੀ ਕੀਮਤ ਕਿਤਨੀ ਹੈ? ਇਹਦੀ ਕੀਮਤ ਹੈ ਜੀ 90,000। 90,000 ਦੇ ਮੰਗਣੇ ਦੇ ਦੇਣੇ ਦੇ ਕਿੰਨੇ ਦਿਨ ਹੈ? 80 ਦੀ ਦੇ ਦਾਂਗੇ ਜੀ। 80 ਦੀ ਦਿਆਂਗੇ? ਹਾਂਜੀ। ਅੱਛਾ, ਤੁਹਾਡਾ ਫੋਨ ਨੰਬਰ ਦੱਸਣਾ ਜਰਾ। ਫੋਨ ਨੰਬਰ ਤਾਂ ਮੈਂ ਅਨਪੜ੍ਹ ਹੀ ਹਾਂ, ਹਾਲੇ ਤੂੰ ਦੱਸ ਦੇ ਕੱਢ ਕੇ। ਲਓ ਦੱਸੋ ਨੰਬਰ ਦਿਓ, ਦੱਸੋ ਨੰਬਰ ਦੱਸੋ, ਕੱਢੋਗੇ ਤਾਂ ਦੇ। ਉਹਦੇ ਵਾਲੇ ਦੇ ਕਰ ਫੋਨ, ਅਨਪੜ੍ਹ ਹੀ ਹਾਂ ਬਾਬੇ ਅਸੀਂ ਤਾਂ। ਕੋਈ ਗੱਲ ਨਹੀਂ, ਪਚਾਸੀ ਹਜ਼ਾਰ ਵੇਲੇ ਜਿਹਨੇ ਚੰਗੀ ਲੱਗਦੇ ਲੈ ਜਾ। ਪਰਸੋਂ ਸੀ ਭਾ ਕੰਮੇ ਨੰਬਰ ਹੈ 9888957152। ਇਸ ਨੰਬਰ ਪੇ ਕੋਈ ਵੀ ਭੈਂਸੇ ਖਰੀਦਣਾ ਹੋ ਤੋ ਬਾਤ ਕਰ ਸਕਤਾ ਹੈ। 9888957152। ਠੀਕ ਹੈ ਜੀ। ਪਰਾਂ ਕਰਨਾ ਡਰਦੀ ਹੈ ਤੋਏ ਖੋਲੇ ਬਾਈ ਖੋਲੀਏ। ਹਾਂਜੀ ਭਾਈ, ਅੱਗੇ ਆਇਓ ਸਾਹਮਣੇ ਆਇਓ। ਕੀ ਨਾਮ ਭਾਈ ਤੁਹਾਡਾ? ਨਿਰਮਲ ਸਿੰਘ ਜੀ। ਕਿਹੜੇ ਪਿੰਡ ਤੋਂ ਜੀ? ਦੌਲਤਪੁਰ ਜੀ। ਤੇ ਇਹ ਮੱਝ ਕਿੰਨਵੇਂ ਸੂਈ ਹੈ ਬਾਈ ਤੁਹਾਡੀ? ਤੀਜੇ ਸੂਏ। ਕਿੰਨਾ ਦੁੱਧ ਤਿਆਰ ਹੈ? 18 ਲੀਟਰ ਜੀ। 18 ਲੀਟਰ ਦੁੱਧ ਚੋ ਕੇ ਦੇ ਸਕਦੇ ਹੋ? ਹਾਂਜੀ ਹਾਂਜੀ। ਕਿੰਨਾ ਮੁੱਲ ਕਿੰਨਾ ਲੈਣਾ ਫਿਰ? ਮੁੱਲ 1.25 ਲੱਖ ਜੀ। ਉਹ ਸਹੀ ਸਹੀ ਬੋਲੋ ਯਾਰ, 1,10,000 ਜੀ। 1,00,000 ਰੁਪਏ ਸੌਦਾ ਬਣ ਜਾਏਗਾ। ਹਾਂਜੀ। ਚਲੋ ਤੁਹਾਡਾ ਫੋਨ ਨੰਬਰ ਬੋਲੋ। ਨੰਬਰ ਕਿੰਨਾ ਬੋਲੀ? 98550 5 53 54 536 36। ਹਾਂਜੀ ਠੀਕ ਹੈ। ਕਿੰਨੀਆਂ ਮੱਝਾਂ ਲਿਆਏ ਜੀ ਤੁਸੀਂ? ਤਿੰਨ ਲਿਆਂਦੀਆਂ ਨੇ ਜੀ। ਤਿੰਨ ਲਿਆਂਦੀਆਂ ਨੇ? ਇਹ ਕਿਹੜੀ ਹੈ? ਇੱਕ ਨਾ ਜੀ, 2 ਵੇਚਦੀਆਂ। ਅੱਛਾ, 2 ਵਿਕ ਗਈਆਂ ਨੇ, 1 ਰਹਿ ਗਈ। ਅੱਛਾ ਅੱਛਾ। ਆਓ ਭਾਜੀ ਸਾਹਮਣੇ ਆਓ ਜਰਾ, ਦੇਖੋ ਉਹ ਮਾਲ ਵੇਚਣਾ ਨਹੀਂ ਤੇ ਆਜੋ ਆਜੋ ਕਰ ਜਾ ਬਾਬੇ ਖਿੱਚ ਲੈ ਆਜੋ ਆਜੋ
ਕੀ ਨਾਮ ਭਾਈ ਤੁਹਾਡਾ? ਹਾਂਜੀ, ਕੀ ਨਾਮ ਤੁਹਾਡਾ ਜੀ? ਜਗਤਾਰ ਸਿੰਘ ਜੀ। ਤੇ ਇਹ ਜਿਹੜਾ ਝੋਟਾ ਤੁਹਾਡਾ, ਇਹ ਕਿੰਨੀ ਉਮਰ ਦਾ ਹੈ ਜੀ? ਢਾਈ ਸਾਲ ਦਾ। ਢਾਈ ਸਾਲ ਦਾ? ਕਿਹੜੇ ਝੋਟੇ ਦਾ ਹੈ? ਇਹ ਯੁਵਰਾਜ ਦਾ ਬੱਚਾ। ਯੁਵਰਾਜ ਦਾ ਬੇਟਾ। ਕਿੰਨੀ ਕੀਮਤ ਮੰਗ ਰਹੇ ਹੋ ਜੀ? ਢਾਈ ਲੱਖ। ਢਾਈ ਲੱਖ ਰੁਪਏ? ਢਾਈ ਸਾਲ ਦਾ ਬੱਚਾ, ਲੱਖ ਰੁਪਈਆ ਸਾਲ ਦਾ ਸਮਝ ਕੇ ਚਲੋ, ਠੀਕ ਹੈ। ਤੇ ਇਹਦੀ ਮਾਂ ਦੁੱਧ ਦਾ ਰਿਕਾਰਡ ਕਿੰਨਾ? 19 ਲੀਟਰ। 19 ਲੀਟਰ? ਤੇ ਕੀਮਤ ਹੋ ਗਈ 2.5 ਲੱਖ ਰੁਪਇਆ। ਤੁਹਾਡਾ ਫੋਨ ਨੰਬਰ ਬੋਲੋ। 8020 80 13। 8000800 20 80 13। 2080013। 2.5 ਸਾਲ ਦਾ ਯੁਵਰਾਜ ਦਾ ਬੇਟਾ, 2.5 ਲੱਖ ਰੁਪਏ ਵਿੱਚ। ਚਲੋ ਠੀਕ।